ਸਾਡੇ ਵਲੌਗ ਸਵਾਗਤ, ਤੁਸੀਂ ਦੇਖ ਰਹੇ ਹੋ ਵਲੌਗ ਤਾਂ ਬਹੁਤ ਲੇਟ ਆਇਆ, ਕੋਈ ਕਾਰਨ ਨਹੀਂ ਸੀ ਵਲੌਗ ਦੇ, ਹੁਣ ਆਪਾਂ ਚੱਲਦੇ ਹਾਂ ਵੱਡੇ ਪਤੰਗ ਦੀ ਸਪੈਸ਼ਲ ਬਾਈਕ ਹੋਣੀ ਆਏ ਹਾਂ, ਆ ਜਾ ਵੀ ਅੰਦਰ ਚੜ੍ਹਦੀ ਹੋਵੇ ਬਾਈ ਨੂੰ ਆਪਣੇ ਆ ਜਾਓ ਆ ਜਾਓ, ਬਹੁਤ ਵਧੀਆ ਮਹਿੰਗੀ ਪਤੰਗ ਦੇਖੋ, ਸਾਰੇ ਲਾਤੇ ਆਪਾਂ ਪਤੰਗ, ਦਿਖਾਓ ਜੀ ਕਿਹੜਾ ਵੱਡੇ ਪਤੰਗ। ਵੱਡੇ ਪਤੰਗ ਵੀਰੇ ਆਪਣਾ ਤਾਵੇ ਤੋਂ ਸਟਾਰਟ ਹੋ ਜਾਂਦਾ ਹੈਗਾ, ਜਿਹੜਾ ਵੱਡਾ ਪਤੰਗ ਹੈ ਇਹਨੂੰ ਇੱਕ ਤਾਵਾ ਕਹਿੰਦੇ ਹੈਗੇ ਆ। ਇੱਕ ਤਾਵਾ ਕਹਿੰਦੇ ਹਾਂ ਜੀ। ਅੱਛਾ, ਕਿੰਨਾ ਬਟਰ ਪੇਪਰ 'ਚ? ਜੀ ਬਿਲਕੁਲ, ਇਹ ਬਟਰ ਪੇਪਰ 'ਚ ਬਣਦਾ ਹੈਗਾ ਪਤੰਗ। ਕੀ ਪ੍ਰਾਈਸ ਇਹਦੀ? ਜਿਹੜੀ ਇਹਦੀ ਪ੍ਰਾਈਸ ਹੈਗੀ ਉਹ ਰਹਿੰਦੀ ਹੈ 30 ਰੁਪਏ ਪਤੰਗ। 30 ਰੁਪਏ? ਹਾਂਜੀ। ਤੇ ਸੈਂਕੜਾ? ਜਿਹੜਾ ਸੈਂਕੜਾ ਹੁੰਦਾ ਉਹ ਪੈਂਦਾ 28 ਰੁਪਏ, 250 ਰੁਪਏ ਸੈਂਕੜਾ। 250 ਰੁਪਏ ਸੈਂਕੜਾ, ਹੁਣ 30 ਰੁਪਏ ਪ੍ਰਾਈਸ ਹੈਗਾ। ਕਲਰ ਬਹੁਤ ਪਏ ਆ ਤੁਹਾਨੂੰ ਇਹਦੇ 'ਚ, ਡਿਜ਼ਾਈਨ ਡਿਜ਼ਾਈਨ ਕਲਰ ਹੀ ਕਲਰ, ਕਿੰਨੇ ਸੋਹਣੇ ਸੋਹਣੇ ਕਲਰ ਪਏ, ਡਿਜ਼ਾਈਨ ਕਲਰ ਬਹੁਤ ਸੋਹਣੇ ਸੋਹਣੇ ਪਤੰਗ ਦੀ ਪਤੰਗ ਮਿਲ ਗਏ ਤੁਹਾਨੂੰ ਦਸੰਤ ਬਸ ਟਾਈਮ ਆਇਆ ਪਿਆ, ਪੂਰੇ ਰੌਣਕਾਂ ਲੱਗੀਆਂ ਪਈਆਂ ਬਾਹਰ 'ਤੇ। ਬਾਕੀ ਤੁਸੀਂ ਹੋਰ ਇੱਧਰ ਚੱਲਦੇ ਹਾਂ, ਵੱਡਾ ਪਤੰਗ ਦਿਖਾਵਾਂਗੇ ਤੁਹਾਨੂੰ ਲੱਗਦਾ ਵਾਧੂ। ਹਾਂਜੀ, ਇਹਦੀ ਪ੍ਰਾਈਸ ਹੁੰਦੀ ਹੈ ਆਪਣੀ 60 ਰੁਪਏ, 60 ਰੁਪਏ ਸਿਰ 60 ਰੁਪਏ ਤੋਂ ਕਲਾ ਦੇ ਕਿੰਨੀ ਵੱਡੀ ਵਾਰੀ। ਇਹ ਉਹ ਜਿਹੜਾ ਉਹ ਪੇ ਜਿਹੜੇ ਇਧਰ ਆਏ ਜੀ, ਫਿਰ ਜੇ ਆ ਹੋਰ ਵੱਡੇ ਆ ਗਏ। ਹਲੋ ਜੀ, ਇਹ ਵੀ 3 ਤਾਵੇ ਚ ਹੈਗੀ ਆ, ਇਹ ਚੱਬਲ ਆ ਜਾਂਦਾ 3 ਤਾਵੇ ਚ ਚੱਬਲ। ਡਿਜ਼ਾਈਨ ਬਹੁਤ ਪੇ, ਡਿਜ਼ਾਈਨ ਚੈੱਕ ਕਰਾ ਵੀ ਇਹਨੇ ਮਾਰਕੀਟ ਚ ਡਿਜ਼ਾਈਨ ਹੈ ਜੀ, ਨਹੀਂ ਬਾਈ ਜੀ ਤੁਹਾਨੂੰ ਇਸ ਤੇ ਕਾਫੀ ਦੇ ਦਾਂਗੇ। ਆ ਦੇਖੋ ਕਮਰੇ ਆ 6 ਤਾਵਾ ਆ ਜਾਂਦਾ ਆਪਣੇ ਕੋਲੇ। ਤੁਸੀਂ ਇਹਦੀ ਪ੍ਰਾਈਸ ਰਹਿੰਦੀ ਹੈ ਜੀ ਆਪਣੀ 400 ਰੁਪੀਸ, 400 ਰੁਪੀਸ ਪਰ ਪੀਸ। ਹਾਂਜੀ ਠੀਕ ਹੈ, ਤੇ ਇਹ ਤਾਂ ਸੈਂਕੜਾ ਚੱਲ ਪਹੁੰਚ ਲੂਗਾ, ਸੈਂਕੜਾ ਤਾਂ ਬਈ ਆਪ ਲੈਂਦੇ ਆ। 400 ਰੁਪੀਸ ਇਹਦੇ ਪਤੰਗ ਦੀ ਪ੍ਰਾਈਸ ਆ, ਨਾਲੇ ਵਧੀਆ ਕੁਆਲਿਟੀ ਦਾ ਚੱਬਲ ਵੀ ਮਿਲ ਜੂ ਇਹ ਚ। ਹਾਂਜੀ ਹਾਂਜੀ ਬਿਲਕੁਲ, ਇਸ ਚ ਚੱਬਲ ਵੀ ਮਿਲਦਾ, ਪਤੰਗ ਵੀ ਮਿਲਦਾ, ਪੁਤਲੀ ਵੀ ਮਿਲ ਜਾਂਦੀ ਹੈ। ਅੱਛਾ, ਉਹ ਦੇਖੋ ਕਿੱਡਾ ਵੱਡਾ ਚੱਬਲ,
ਬਾਕੀ ਤੁਸੀਂ ਵਿਜ਼ਿਟ ਕਰਕੇ ਦੇਖੋ ਬਾਈ ਤੁਹਾਨੂੰ ਵਧੀਆ ਤੋਂ ਵਧੀਆ ਡਿਸਕਾਊਂਟ ਦੇਣਗੇ ਹਨ। ਹਾਂਜੀ ਹਾਂਜੀ ਬਿਲਕੁਲ ਡਿਸਕਾਊਂਟ ਪਲੱਸ ਸਾਰਾ ਵੀਡੀਓ ਦੇਖ ਕੇ ਸ਼ੇਅਰ ਕਰੋ ਲਾਈਕ ਕਮੈਂਟ ਕਰੋ ਆਪਣੀ ਵੀਡੀਓ ਨੂੰ ਉਹਨੂੰ ਆਪਾਂ ਡਿਸਕਾਊਂਟ ਕਰਾਂਗੇ ਹਰੇਕ ਤਰ੍ਹਾਂ। ਆਪਣਾ ਜਿਹੜਾ ਐਡਰੈਸ ਹੈਗਾ ਜੀ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਵੀਡੀਓ 'ਚ ਦੱਸਿਆ ਸੀ ਪਰ ਮੈਂ ਫਿਰ ਦੱਸ ਰਿਹਾ, ਆਪਣਾ ਐਡਰੈਸ ਹੈਗਾ ਜੀ ਅਮਰੀਕ ਸਿੰਘ ਰੋਡ ਗਲੀ ਨੰਬਰ 3 ਨੀਅਰ ਡਾਕਟਰ ਲਾਲ ਪਾਸ ਲੈ, ਅਤੇ ਜਿਹੜਾ ਸਾਡਾ ਕੰਟੈਕਟ ਹੈਗਾ ਜੀ 8360692606। ਠੀਕ ਹੈ, ਚਲੋ ਮਿਲਦੇ ਅਗਲੀ ਵੀਡੀਓ 'ਚ। ਸਤਿ ਸ਼੍ਰੀ ਅਕਾਲ।